ਓਕੇ ਤਾਂ ਕੀ ਹੋਇਆ ਕਿ ਇੱਕਦਮ ਕਿੱਦਾਂ ਐਕਸੀਡੈਂਟ ਹੋ ਗਿਆ ਜਿਹੜਾ? ਅੱਗੇ ਵਾਲੀ ਗੱਡੀ ਸੀਗੀ ਅੱਗੇ ਅਤੇ ਉਹਦਾ ਬਚਾਅ ਹੋ ਗਿਆ, ਉਹ ਬਿਲਕੁਲ ਉਹਨੇ ਮੋੜੀ ਅਤੇ ਮੇਰੀ ਲੱਗ ਗਈ। ਤੁਸੀਂ ਕਿੰਨੇ ਲੋਕ ਸੀਗੇ ਗੱਡੀ 'ਚ? ਓਕੇ ਤਾਂ ਕਿੱਥੇ ਰਹਿੰਦੇ ਹੋ ਬੇਟਾ ਤੁਸੀਂ? ਚੰਡੀਗੜ੍ਹ। ਓਕੇ ਤਾਂ ਇੱਧਰ ਕਿੱਧਰ ਆਏ ਸੀ ਭਾਜੀ? ਦੱਸ ਬਾਡੀ ਕਿੱਥੇ ਬਣਾ ਕੇ ਕਿੱਧਰ ਠੀਕ ਹੈ? ਤੁਹਾਡੇ ਸੱਟ ਤਾਂ ਨਹੀਂ ਲੱਗੀ ਕਿਸੇ ਬੇਟਾ? ਤਾਂ ਭਾਜੀ ਦੂਜੀ ਜਿਹੜੇ ਉਹਨਾਂ ਦੇ ਸੱਟ ਲੱਗੀ ਕਿਸੇ? ਸੱਟਾਂ ਲੱਗੀਆਂ ਆਪਣਾ ਲੈ ਕੇ ਕੰਬੋਜਾ ਹਸਪਤਾਲ ਲੈ। ਠੀਕ। ਇੱਕ ਸਫਾਰੀ ਕਾਰ ਨੇ i20 ਕਾਰ ਨੂੰ ਭਿਆਨਕ ਟੱਕਰ ਮਾਰੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ i20 ਸਵਾਰ ਮਾਂ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਹਾਲਾਂਕਿ ਸਫਾਰੀ ਸਵਾਰ ਜੋ ਦੱਸੇ ਜਾ ਰਹੇ ਨੇ ਉਹ ਜਨਮ ਦਿਨ ਮਨਾ ਕੇ ਵਾਪਸ ਆ ਰਹੇ ਸੀ, ਪਰ ਅਚਾਨਕ ਹੀ ਉਹਨਾਂ ਦੀ ਕਾਰ ਦੀ ਟੱਕਰ ਅੱਗੇ ਜਾ ਰਹੀ i20 ਕਾਰ ਦੇ ਨਾਲ ਹੋ ਜਾਂਦੀ ਹੈ। ਸਫਾਰੀ ਦੀ ਸਪੀਡ ਜੋ ਹੈ ਕਾਫੀ ਜ਼ਿਆਦਾ ਤੇਜ਼ ਦੱਸੀ ਜਾ ਰਹੀ ਹੈ, ਜਿਸ ਦੇ ਕਾਰਨ i20 ਕਾਰ ਦੂਸਰੇ ਪਾਸੇ ਜਾ ਕੇ ਪਲਟ ਜਾਂਦੀ ਹੈ, ਜਿਸ ਦੇ ਕਾਰਨ i20 ਗੱਡੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਅਤੇ ਦੂਜੇ ਪਾਸੇ ਸਫਾਰੀ ਗੱਡੀ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਅਤੇ ਦੋਵਾਂ ਗੱਡੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ i20 ਗੱਡੀ ਦਾ ਪਿਛਲਾ ਹਿੱਸਾ ਹੈ ਉਹ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਅਤੇ ਇਸ ਦੇ ਵਿੱਚ ਸਵਾਰ ਮਾਂ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਹਾਦਸਾ ਮੋਹਾਲੀ ਦੇ ਸੰਨੀ ਇਨਕਲੇਵ ਗੋਪਾਲ ਸਵੀਟਸ ਦੇ ਕੋਲ ਹੋਇਆ, ਜਿੱਥੇ ਕਿ ਇੱਕ ਸਫਾਰੀ ਕਾਰ ਨੇ i20 ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸਫਾਰੀ ਗੱਡੀ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਦੱਸ ਦਈਏ ਕਿ ਸਫਾਰੀ ਗੱਡੀ 'ਚ ਜੋ ਸਵਾਰ ਸੀ ਲੜਕਾ, ਉਸਨੇ ਇਹ ਸੱਚਾਈ ਖੁਦ ਦੱਸੀ ਹੈ ਕਿ ਉਹ ਜਨਮ ਦਿਨ ਮਨਾ ਕੇ ਆ ਰਹੇ ਸੀ, ਪਰ ਅਚਾਨਕ ਹੀ ਉਹਨਾਂ ਦੀ ਗੱਡੀ ਦੀ ਟੱਕਰ ਜੋ ਹੈ ਅੱਗੇ ਜਾ ਰਹੀ i20 ਕਾਰ ਦੇ ਨਾਲ ਹੋ ਜਾਂਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਜੀ ਜਿੱਦਾਂ ਰੋਡ ਪੈਂਦਾ ਜਿਹੜਾ ਮੁੱਲਾਪੁਰ ਤੋਂ ਜਾਂਦਾ ਹੈ ਨਾ, KFC ਤੋਂ, ਖਰੜ ਤੋਂ, ਇਹ ਜਿੱਦਾਂ ਦੋ ਗੱਡੀਆਂ ਉੱਧਰ ਦੀ ਆ ਰਹੀਆਂ ਸੀਗੀਆਂ ਮੁੱਲਾਪੁਰ ਦੀ ਸਾਈਡ ਤੋਂ, ਇਹ ਦੱਸਣ ਦੇ ਮੁਤਾਬਕ ਜਿੱਦਾਂ ਇਹ ਉਹ ਜਿਹੜੀ ਗੱਡੀ ਸਫਾਰੀ ਆ ਉਹਦੇ ਵਿੱਚ ਮੁੰਡੇ ਸੀਗੇ 3-4 ਜਾਣੇ, ਬਾਡੇ ਬਣਾ ਕੇ ਆ ਰਹੇ ਸੀਗੇ ਅਤੇ i10 ਗੱਡੀ ਕਿਤੇ ਮੂਹਰੇ ਜਾ ਰਹੀ ਆ ਸੀਗੀ, ਹੈ ਨਾ, ਉਹ ਜਾਂ ਤਾਂ ਉਹਨਾਂ ਦੀ ਓਵਰ ਸਪੀਡ ਸੀਗੀ, ਉਹ ਗੱਡੀ ਨੇ ਪਿੱਛੇ ਜਿੱਦਾਂ ਪੁਸ਼ ਕੀਤਾ ਆ, ਉਹ ਵਾਲੀ ਗੱਡੀ ਟੱਪਾ ਅਤੇ ਟੱਪ ਕੇ ਇੱਧਰ ਆ ਗਈ ਆ i10, ਉਹਦੇ ਵਿੱਚ i think ਇੱਕ ਮੁੰਡਾ ਸੀਗਾ ਅਤੇ ਨਾਲ ਉਹਦੀ ਮਾਤਾ ਜੀ ਆ ਸੀਗੇ, ਅਤੇ ਉਹਨਾਂ 'ਤੇ ਸੱਟਾਂ ਆ ਜਿੱਦਾਂ ਕਾਫੀ ਲੱਗੀਆਂ, ਅਤੇ ਇਹ ਵਾਲੀ ਗੱਡੀ ਜਿਹੜੀ ਸਫਾਰੀ ਸੀਗੀ ਇਹ ਵੀ ਪਲਟ ਕੇ ਦੂਜੀ ਸਾਈਡ 'ਤੇ ਚੱਲ ਗਈ, ਅਤੇ ਇਹ ਵਾਲਾ ਮੁੰਡਾ ਤਾਂ ਇੱਥੇ ਮੌਕੇ ਦੇ ਉੱਪਰ ਜਿੱਦਾਂ ਵਿੱਚੋਂ ਕੱਢਿਆ ਅਤੇ ਉਹ ਪੁਲਿਸ ਵਾਲੇ ਆਪਣੇ ਨਾਲ ਲੈ ਗਿਆ ਉਹਨੂੰ। ਕਿੰਨੇ ਬੰਦੇ ਸੀ i20 ਚ? i10 ਦੇ ਵਿੱਚ 2 ਜਣੇ ਸੀਗੇ। ਸੱਟ ਪੇਟ ਵੀ ਲੱਗੀ ਉਹਨਾਂ ਦੇ? ਹਾਂਜੀ ਉਹਨਾਂ ਦੇ ਆ ਜੀ, ਜਿੱਦਾਂ ਗੱਡੀ ਦੇ ਵਿੱਚ ਬਲੱਡ ਵੀ ਆ ਡੁੱਲਿਆ ਹੋਇਆ, ਹੈ ਨਾ, ਉਹਨਾਂ ਨੂੰ ਸ਼ਾਇਦ ਕੰਬੋਜ ਹਸਪੀਟਲ ਆ ਕੋਈ ਇੱਥੇ ਖਰੜ। ਤੁਸੀਂ ਸੀਗੇ ਮੌਕੇ ਦੇ? ਨਹੀਂ ਮੈਂ ਜੀ ਇਹਦਾ ਰਾਈਡ ਲੈ ਕੇ ਜਾਂਦਾ ਪਿਆ ਸੀਗਾ ਜੀ ਇੱਧਰ ਦੀ ਸਾਈਡ ਤੇ। ਤਾਂ ਜਿਹੜੇ ਕਹਿੰਦੇ ਨੰਬਰ ਪਲੇਟਾਂ ਗੱਡੀ ਦੀਆਂ ਉਤਾਰ ਲਈਆਂ ਗਈਆਂ? ਨੰਬਰ ਪਲੇਟਾਂ ਨਹੀਂ ਜੀ, ਨਹੀਂ ਜਿਹੜੀ ਦੂਜੀ ਗੱਡੀ ਹੈ ਜਿਹਨੇ ਐਕਸੀਡੈਂਟ ਕੀਤਾ। ਹਾਂ ਉਹਦੀਆਂ ਜੀ ਨੰਬਰ ਪਲੇਟਾਂ। ਮੁੰਡੇ ਪੱਟ ਕੇ, ਕੋਈ ਮੁੰਡਾ ਸੀ ਉਹ ਪੱਟ ਕੇ ਲੈ ਗਿਆ ਜੀ ਮੁੰਡਾ। ਉਹਦੇ ਨਾਲ ਸੀ ਉਹ ਜਿੱਦਾਂ ਕਹਿੰਦੇ ਦੋ ਗੱਡੀਆਂ ਸੀਗੀਆਂ ਸਫਾਰੀ ਦੇ ਨਾਲ, ਉਹ ਵਾਲੀਆਂ ਗੱਡੀਆਂ ਜਿੱਦਾਂ ਪਾਰਟੀ ਕਰਕੇ ਆ ਰਿਹਾ ਸੀ ਉਹ ਮੁੰਡਿਆਂ ਨੇ ਆ ਕਹਿੰਦੇ ਨੰਬਰ ਪਲੇਟਾਂ ਪਾ ਕੇ। ਮਤਲਬ ਉਹਦੇ ਨਾਲ ਕੀ ਮਾਮਲਾ ਹੋਇਆ ਜੀ? ਅਸੀਂ ਨਾ ਸਾਨੂੰ 112 ਤੇ ਕੰਪਲੇਂਟ ਆਈ ਸੀ ਕਿ ਤੁਰੰਤ ਪਹੁੰਚੋ ਉੱਥੇ ਗੱਡੀ ਦੇ ਉੱਤੇ ਐਕਸੀਡੈਂਟ ਹੋਇਆ, ਤੇ ਅਸੀਂ ਇੱਥੇ ਗੋਪਾਲ ਸਵੀਟ ਦੇ ਲਾਗੇ ਸੀ ਤੇ ਅਸੀਂ ਮੌਕੇ ਦੇ ਉੱਤੇ ਆ ਕੇ ਪਹੁੰਚ ਗਏ। ਮੌਕੇ 'ਤੇ ਆ ਕੇ ਦੇਖਿਆ ਤੇ ਗੱਡੀਆਂ ਜਿਹੜੇ ਦੂਜੇ ਬੰਦੇ ਸੀ ਮਾਂ ਤੇ ਪੁੱਤ ਉਹਨਾਂ ਨੂੰ 100 ਗੱਡੀ ਮੰਗਾ ਕੇ ਅਸੀਂ 108 ਤੇ ਘੱਲਤਾ, ਹੋਸਪਿਟਲ ਘੱਲਤਾ।
ਜਿਹੜੀ ਇਹ ਗੱਡੀ ਸੀ ਇਹ ਜ਼ਿਆਦਾ ਸੀ, ਇਹਦੇ ਵਿੱਚ ਇਹ ਗੱਡੀ ਠੀਕ ਆ, ਜਿਹੜੀ ਜ਼ਿਆਦਾ ਗੱਡੀ ਦਾ ਨੁਕਸਾਨ ਹੋਇਆ ਅਤੇ ਵਿੱਚ ਉਹਦੇ ਮੁੰਡੇ ਸੀ ਦੋ ਤਿੰਨ, ਇੱਕ ਉਹ ਤੋਂ ਮੋਹਰੇ ਗੱਡੀ ਸੀ, ਉਹ ਗੱਡੀ ਵਾਲੇ ਮੁੜ ਕੇ ਫਿਰ ਵਾਪਸ ਆਏ ਆ ਅਤੇ ਉਹਦੇ 'ਚ ਪਲੇਟਾਂ ਵੀ ਪੁੱਟ ਕੇ ਲਗਾ ਸੀ, ਫਿਰ ਇੱਧਰ ਦੇ ਵਿੱਚ ਬਿਜੀ ਹੋ ਗਏ। ਕਿਹੜੀ ਗੱਡੀ 'ਚੋਂ ਪਲੇਟਾਂ ਪੱਟੀਆਂ? ਉਹ ਜਿਹੜੀ ਆ ਫੋਰਡ ਵਾਲੇ ਗੱਡੀ ਟਾਟਾ ਸਫਾਰੀ ਦੀ, ਟਾਟਾ ਸਫਾਰੀ ਦੀ। ਅਤੇ ਜਿਹੜੀ ਆ i20 ਇਹਦੇ 'ਚ i10 'ਚ ਕੌਣ ਕੌਣ ਸੀ? ਇੱਕ ਮੁੰਡਾ, ਮਾਂ ਸੀ ਅਤੇ ਇੱਕ ਪੁੱਤ। ਇਹਨਾਂ ਦੇ ਵੀ ਸੱਟ ਲੱਗੀ ਹੈ? ਇਹਨਾਂ ਦੇ ਲੱਗੀ, ਉਹਨਾਂ 'ਤੇ ਲੱਗਿਆ ਕੁਛ ਨਹੀਂ। ਉਹ ਇਕੱਲਾ ਸੀ ਚਲਾਉਣ ਵਾਲਾ? ਕਿਹੜਾ ਜੀ? ਜਿਹੜਾ ਉਹ ਸਫਾਰੀ ਵਾਲਾ? ਸਫਾਰੀ ਦੇ ਵਿੱਚ ਤਾਂ ਦੋ ਤਿੰਨ ਸੀ, ਤਾਂ ਬਾਡੇ ਬਣਾ ਕੇ ਆ ਰਹੇ ਸੀ, ਅਤੇ ਦੋ ਗੱਡੀਆਂ ਸੀ ਜਿਹੜੇ ਬਾਅਦ 'ਚ ਨੰਬਰ ਪਲੇਟ ਪੱਟ ਕੇ ਲਏ। ਨੰਬਰ ਪਲੇਟ ਪੱਟ ਕੇ ਲਏ, ਉਹਦੇ ਨਾਲ ਮੁੰਡੇ ਸੀ ਉਹੀ ਲੈ ਕੇ ਗਏ। ਓਕੇ, ਸਫਾਰੀ ਮਤਲਬ ਜਿਹੜੇ ਆ ਹੁਣ ਗ੍ਰੇ ਗੱਡੀ ਵਾਲੇ i10 ਵਾਲੇ ਤੁਸੀਂ ਉੱਥੇ ਭੇਜੇ ਹਸਪਤਾਲ? ਹਸਪਤਾਲ ਕਲਤੀ ਜੀ, ਉਹਦਾ ਹਸਪਤਾਲ ਪਹੁੰਚ ਗਿਆ। ਇਹ ਉੱਦਾਂ ਠੀਕ ਹੈ ਜੀ? ਇਹ ਨਹੀਂ ਠੀਕ ਨਹੀਂ ਹੈਗੀ। ਏਰੀਆ ਕਹਿੰਦਾ ਆਉਂਦਾ ਇਹ? ਏਰੀਆ ਬਲੌਂਗੀ ਥਾਣੇ ਦਾ। ਉਹਨਾਂ ਦੇ ਸੱਟ ਕਿੱਥੇ ਲੱਗੀ ਕੋਈ ਦੇਖਿਆ? ਮਤਲਬ ਇੱਥੇ ਲੱਗੀ ਸਿਰ ਦੇ ਵਿੱਚ। ਉੱਦਾਂ ਠੀਕ ਸੀਗੇ? ਠੀਕ ਨਹੀਂ, ਜ਼ਿਆਦਾ ਹੁਣ ਹੋਸਪਿਟਲ ਜਾ ਕੇ ਪਤਾ ਲੱਗੂ, ਜ਼ਿਆਦਾ ਮਤਲਬ ਹੈ ਸੀਰੀਅਸ ਸੀ। ਠੀਕ।